ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਆਪਾਂ ਵੈਜ ਮਨਚੂਰੀਅਨ ਬਣਾ ਕੇ ਤਿਆਰ ਕਰਨਾ ਆ। ਇਹਦੇ ਲਈ ਬਹੁਤ ਰਿਕੁਐਸਟ ਆਈ ਸੀ ਕਿ ਵੈਜ ਮਨਚੂਰੀਅਨ ਬਣਾ ਕੇ ਦਿਖਾਓ। ਇਹਨੂੰ ਬਣਾਉਣ ਲਈ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਆ ਉਹਨਾਂ ਨੂੰ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਵੈਜ ਮਨਚੂਰੀਅਨ ਬਣਾਉਣ ਲਈ ਆਪਾਂ ਇੱਕ ਫੁੱਲ ਜਿਹੜਾ ਆ ਬੰਦ ਗੋਭੀ ਦਾ ਲਿਆ ਆ, ਇਹਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਧੋ ਕੇ ਜਿਹੜੇ ਉੱਪਰਲੇ ਇਹਦੇ ਪੱਤੇ ਸੀ ਉਹ ਉਤਾਰ ਦਿੱਤੇ ਆ। ਇੱਕ ਗਾਜਰ ਲਈ ਆ, ਗਾਜਰ ਛਿੱਲ ਲਈ ਆ, ਤੇ ਅੱਧੀ ਗਾਜਰ ਜਿਹੜੀ ਆਪਾਂ ਇਹਦੇ ਵਿੱਚ ਕੱਦੂਕਸ ਕਰਕੇ ਪਾਣੀ ਆ, ਅੱਧੀ ਜਿਹੜੀ ਆਪਾਂ ਕੱਟ ਕੇ ਪਾਵਾਂਗੇ। ਇੱਕ ਸ਼ਿਮਲਾ ਮਿਰਚ ਲਈ ਆ, ਸ਼ਿਮਲਾ ਮਿਰਚ ਨੂੰ ਆਪਾਂ ਪਤਲਾ ਕੱਟ ਲਿਆ ਆ। ਇੱਕ ਪਿਆਜ਼ ਆ, ਪਿਆਜ਼ ਵੀ ਬਰੀਕ ਕੱਟਿਆ ਹੋਇਆ। ਦੋ ਵੱਡੇ ਚਮਚੇ ਆਪਾਂ ਮੈਦੇ ਦੇ ਲਏ ਆ ਤੇ 4 ਚਮਚੇ ਜਿਹੜੇ ਆਪਾਂ ਕੋਰਨਫਲਾਰ ਲਿਆ ਆ। ਜਿੰਨੀ ਆਪਾਂ ਨੂੰ ਜ਼ਰੂਰਤ ਹੋਊਗੀ ਇਹਨਾਂ ਦੋਨਾਂ ਚੀਜ਼ਾਂ ਦੀ ਉਹਦੇ ਹਿਸਾਬ ਨਾਲ ਆਪਾਂ ਪਾਵਾਂਗੇ। ਤੇ ਹਰੀ ਮਿਰਚ ਲਈ ਆਪਾਂ 2 ਉਹਨੂੰ ਕੱਟ ਲਿਆ ਆ ਇਸ ਤਰੀਕੇ ਦੇ ਨਾਲ, ਇਹ ਆਪਾਂ ਗਾਰਨਿਸ਼ ਵਾਸਤੇ ਰੱਖਾਂਗੇ। ਹਰਾ ਧਨੀਆ ਆ, ਲਸਣ ਜਿਹੜਾ ਆ ਤੁਸੀਂ ਲਸਣ ਤੇ ਅਦਰਕ ਜਿਹੜਾ ਆ ਬਹੁਤ ਜ਼ਿਆਦਾ ਬਰੀਕ ਕੱਟਣਾ ਆ, ਤੇ ਲਸਣ ਦੀ ਜਿਹੜੀ ਮਾਤਰਾ ਆ ਮਨਚੂਰੀਅਨ ਦੇ ਵਿੱਚ ਤੁਸੀਂ ਜ਼ਿਆਦਾ ਰੱਖਣੀ ਆ ਕਿਉਂਕਿ ਲਸਣ ਜਿਹੜਾ ਆ ਇਹਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਆ। ਤੇ ਜਿਹੜੀਆਂ ਇਹਦੇ ਵਾਸਤੇ ਆਪਾਂ ਨੂੰ ਸੌਸ ਚਾਹੀਦੀਆਂ ਆ ਉਹ ਵੀ ਆਪਾਂ ਲਈਆਂ ਆ, ਹਰੀ ਚਟਨੀ ਜਿਹੜੀ ਆਪਾਂ ਲਈ ਆ ਤੇ ਰੈਡ ਚਿੱਲੀ ਸੌਸ ਆ, ਤੇ 1 ਚਮਚਾ ਜਿਹੜਾ ਸੋਇਆ ਸੌਸ ਦਾ ਆ, 1 ਚਮਚਾ ਜਿਹੜਾ ਆ ਸਿਰਕਾ ਲਿਆ ਆ ਆਪਾਂ, ਤੇ ਟਮਾਟੋ ਸੌਸ ਜਿਹੜੀ ਆ ਆਪਾਂ 2 ਚਮਚੇ ਲਏ ਆ। ਹੁਣ ਆਪਾਂ ਕੀ ਕਰਨਾ ਆ, ਸਭ ਤੋਂ ਪਹਿਲਾਂ ਜਿਹੜੀ ਸਾਡੀ ਗੋਭੀ ਆ ਇਹਨੂੰ ਆਪਾਂ ਕੱਦੂਕਸ ਕਰਕੇ ਤਿਆਰ ਕਰਾਂਗੇ। ਤੇ ਕੱਦੂਕਸ ਕਰਨ ਤੋਂ ਪਹਿਲਾਂ ਆਪਾਂ ਜਿਹੜਾ ਸਰੋਂ ਦਾ ਤੇਲ ਆ ਉਹ ਗਰਮ ਕਰਨ ਲਈ ਰੱਖਾਂਗੇ ਤਾਂ ਕਿ ਉਹ ਚੰਗੇ ਤਰੀਕੇ ਨਾਲ ਆਪਾਂ ਉਹਨੂੰ ਗਰਮ ਕਰਕੇ ਫਿਰ ਥੋੜਾ ਠੰਡਾ ਕਰ ਲਈਏ। ਤੇ ਪਹਿਲਾਂ ਆਪਾਂ ਜਿਹੜਾ ਤੇਲ ਆ ਸਰੋਂ ਦਾ ਉਹਨੂੰ ਆਪਾਂ ਗਰਮ ਹੋਣ ਲਈ ਰੱਖ ਦਿੰਦੇ ਹਾਂ। ਕੜਾਹੀ ਜਿਹੜੀ ਰੱਖ ਦੇਣੀ ਆ ਆਪਾਂ, ਤੇ ਕੜਾਹੀ ਰੱਖ ਕੇ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਤੇਲ ਪਾ ਦੇਣਾ, ਇਹਨੂੰ ਗਰਮ ਨਹੀਂ ਹੋਣ ਦੇਣਾ। ਤੇ ਤੇਲ ਜਿਹੜਾ ਹੈ ਆਪਾਂ ਚੰਗੇ ਤਰੀਕੇ ਦੇ ਨਾਲ ਗਰਮ ਕਰਕੇ ਇਹਨੂੰ ਆਪਾਂ ਫਿਰ ਠੰਡਾ ਥੋੜਾ ਜਿਹਾ ਕਰ ਲਵਾਂਗੇ, ਤੇ ਉਦੋਂ ਤੱਕ ਆਪਾਂ ਜਿਹੜੀ ਸਾਡੀ ਗੋਭੀ ਆ ਉਹਨੂੰ ਆਪਾਂ ਕੱਦੂਕਸ ਕਰਕੇ ਤਿਆਰ ਕਰ ਲੈਂਦੇ। ਇਹਨੂੰ ਆਪਾਂ 2 ਹਿੱਸਿਆਂ ਚ ਕੱਟ ਲੈਂਦੇ ਆ ਤਾਂ ਕਿ ਆਰਾਮ ਨਾਲ ਕੱਦੂਕਸ ਕਰ ਸਕੀਏ। ਤੇ ਜਿਹੜੀ ਗਾਜਰ ਆ ਉਹ ਵੀ ਆਪਾਂ ਅੱਧੀ ਕੱਟ ਲੈਣੀ ਆ, ਬਰੀਕ ਵਾਲੇ ਪਾਸਿਓ, ਮਤਲਬ ਨਾ ਮੋਟੇ ਵਾਲੇ ਪਾਸਿਓ ਨਹੀਂ ਕਰਨਾ, ਮੀਡੀਅਮ ਜੇ ਸਾਈਡ ਤੋਂ ਆਪਾਂ ਇਹਨੂੰ ਕੱਦੂਕਸ ਕਰਾਂਗੇ। ਗਾਜਰ ਜਿਹੜੀ ਆ ਸਾਡੀ ਕੱਦੂਕਸ ਹੋ ਗਈ ਆ, ਤੇ ਹੁਣ ਜਿਹੜੀ ਆ ਗੋਭੀ ਨੂੰ ਵੀ ਆਪਾਂ ਕੱਦੂਕਸ ਕਰ ਲੈਣਾ। ਦੋਨੇ ਚੀਜ਼ਾਂ ਜਿਹੜੀਆਂ ਸਾਡੀ ਕੱਦੂਕਸ ਹੋ ਗਈਆਂ, ਇਹਨਾਂ ਨੂੰ ਆਪਾਂ ਇੱਦਾਂ ਇੱਕ ਡੋਂਗੇ 'ਚ ਕੱਢ ਲੈਣਾ ਆ। ਤੇ ਡੋਂਗੇ 'ਚ ਕੱਢ ਕੇ ਆਪਾਂ ਇਹਦੇ ਵਿੱਚ 1/2 ਕੁ ਚਮਚਾ ਜਿਹੜਾ ਆ ਲੂਣ ਦਾ ਪਾਉਣਾ ਆ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿੱਦਾਂ ਆਪਾਂ ਕਈ ਵਾਰੀ ਹੁੰਦਾ ਹੈ ਕਿ ਆਪਾਂ ਮਨਚੂਰੀਅਨ ਬਣਾਉਂਦੇ ਹਾਂ, ਜਿਹੜੀਆਂ ਆਪਣੀਆਂ ਬਾਲਸ ਹੁੰਦੀਆਂ ਆ ਉਹ ਕਾਫ਼ੀ ਜ਼ਿਆਦਾ ਜਿੱਦਾਂ ਪਾਣੀ ਛੱਡਦੀਆਂ ਆ, ਉਹਦਾ ਕਾਰਨ ਇਹੀ ਹੁੰਦਾ ਆ ਕਿ ਆਪਾਂ ਇਹਦਾ ਵਿੱਚੋਂ ਜਿਹੜਾ ਐਕਸਟਰਾ ਜਿਹੜਾ ਪਾਣੀ ਹੁੰਦਾ ਆ ਉਹ ਆਪਾਂ ਨਹੀਂ ਕੱਢਦੇ। ਜੇ ਆਪਾਂ ਇਹਦੇ ਵਿੱਚ ਜਿੱਦਾਂ 1/2 ਕੁ ਚਮਚਾ ਜਿਹੜਾ ਆਪਾਂ ਨਮਕ ਦਾ ਪਾ ਕੇ ਇਹਨੂੰ 10 ਮਿੰਟ ਵਾਸਤੇ ਆਪਾਂ ਛੱਡ ਦੇਣਾ ਆ। ਉਸ ਤੋਂ ਬਾਅਦ ਇਹਦੇ 'ਚ ਆਪਾਂ ਚੰਗੇ ਤਰੀਕੇ ਨਾਲ ਪਾਣੀ ਨਿਚੋੜਾਂਗੇ, ਫਿਰ ਜਿਹੜੀਆਂ ਸਾਡੀਆਂ ਮਨਚੂਰੀਅਨ ਦੀਆਂ ਜਿਹੜੀਆਂ ਬਾਲਸ ਹੋ ਗਈਆਂ ਉਹ ਬਹੁਤ ਵਧੀਆ ਜਿਹੜੀਆਂ ਬਣ ਕੇ ਤਿਆਰ ਹੋਊਗੀਆਂ। ਹੁਣ ਇਹਨੂੰ ਢੱਕ ਦਾਂਗੇ ਆਪਾਂ ਤੇ 15 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰਦੇ ਹਾਂ। 15 ਮਿੰਟ ਹੋ ਗਏ ਆ ਤੇ ਹੁਣ ਆਪਾਂ ਕੀ ਕਰਨਾ ਆ, ਇਹਦੇ 'ਚ ਜਿਹੜਾ ਆਪਾਂ ਪਾਣੀ ਆ ਉਹ ਆਪਾਂ ਨਿਚੋੜ ਲੈਣਾ। ਇੱਕ ਵਾਰੀ ਪਹਿਲਾਂ ਹਿਲਾ ਲਾਂਗੇ ਇਹਨੂੰ ਚੰਗੀ ਤਰ੍ਹਾਂ। ਆ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਜਿਹੜਾ ਪਾਣੀ ਆ ਗੋਭੀ ਦੇ ਵਿੱਚੋਂ ਤੇ ਗਾਜਰ 'ਚੋਂ ਨਿਕਲਿਆ ਆ। ਇਹਦੇ ਕਰਕੇ ਜਦੋਂ ਆਪਾਂ ਜਦੋਂ ਮਨਚੂਰੀਅਨ ਬਣਾਉਂਦੇ ਹਾਂ ਤੇ ਫਿਰ ਜਿਹੜੀਆਂ ਸਾਡੀਆਂ ਬਾਲਸ ਹੁੰਦੀਆਂ ਆ ਉਹ ਸਹੀ ਨਹੀਂ ਬਣਦੀਆਂ। ਇੱਕ ਕੌਲੀ ਜਿਹੜੀ ਆ ਭਰ ਕੇ ਪੂਰਾ ਪਾਣੀ ਦੇਖੋ ਨਿਕਲਿਆ ਆ। ਇਹੀ ਪਾਣੀ ਜੇ ਆਪਣਾ ਵਿੱਚ ਰਹਿੰਦਾ ਤੇ ਫਿਰ ਕੀ ਹੋਣਾ ਸੀ, ਜਿਹੜੇ ਆਪਣੇ ਮਨਚੂਰੀਅਨ ਸਹੀ ਨਹੀਂ ਸੀ ਬਣਨੇ। ਹੁਣ ਆਪਾਂ ਇਹਨੂੰ ਇੱਦਾਂ ਚੰਗੀ ਤਰ੍ਹਾਂ ਇੱਦਾਂ ਖੋਲ ਲੈਣਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਬਿਲਕੁਲ ਵੀ ਇਹ ਇੱਦਾਂ ਡਰਾਈ ਹੋ ਗਿਆ ਆ, ਗਾਜਰ ਵੀ ਤੇ ਜਿਹੜੀ ਗੋਭੀ ਵੀ ਸਾਡੀ। ਹੁਣ ਆਪਾਂ ਇਹਦੇ ਵਿੱਚ ਜਿਹੜੇ ਬਾਕੀ ਦੇ ਮਸਾਲੇ ਜਿਹੜੇ ਆ ਉਹ ਮਿਲਾ ਲੈਂਦੇ ਹਾਂ। ਹੁਣ ਆਪਾਂ ਇਹਦੇ ਵਿੱਚ ਪਾਉਣਾ ਆ 2 ਚਮਚੇ ਆਪਾਂ ਭਰ ਕੇ ਇਹਦੇ 'ਚ ਮੈਦੇ ਦੇ ਪਾਉਣੇ ਆ ਤੇ 2 ਚਮਚੇ ਜਿਹੜੇ ਭਰ ਕੇ ਆਪਾਂ ਇਹਦੇ 'ਚ
ਕੋਰਨਫਲੋਰ ਦੇ ਪਾਣੇ ਆ। ਬਾਕੀ ਫਿਰ ਜਦੋਂ ਇੱਕ ਵਾਰੀ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਆ ਉਹ ਵੀ ਪਾ ਲੈਣੇ ਆ। ਜਦੋਂ ਇਹਨੂੰ ਆਪਾਂ ਮਿਲਾਉਣਾ ਆ, ਜੇ ਸਾਨੂੰ ਲੱਗੂਗਾ ਕਿ ਆਪਾਂ ਨੂੰ ਇਹਦੇ ਵਿੱਚ ਕੋਰਨਫਲੋਰ ਤੇ ਜਿਹੜਾ ਮੈਦਾ ਹੋਰ ਪਾਉਣਾ ਚਾਹੀਦਾ ਆ, ਫਿਰ ਆਪਾਂ ਹੋਰ ਵੀ ਪਾ ਸਕਦੇ ਆ। ਜਿਹੜਾ ਨਮਕ ਸੀ ਆਪਾਂ ਇਹਦੇ ਚ ਪਹਿਲਾਂ ਵੀ ਪਾਇਆ ਸੀ, ਇਸ ਕਰਕੇ ਆਪਾਂ ਹਿਸਾਬ ਨਾਲ ਪਾਉਣਾ ਆ। ਅੱਧਾ ਛੋਟਾ ਚਮਚਾ ਜਿਹੜਾ ਆਪਾਂ ਪਾਵਾਂਗੇ ਤੇ ਲਾਲ ਮਿਰਚ ਪਾ ਦਾਂਗੇ ਅੱਧਾ ਕੁ ਚਮਚਾ, ਤੇ ਅੱਧਾ ਕੁ ਚਮਚੇ ਤੋਂ ਥੋੜਾ ਜਿਹਾ ਘੱਟ ਜਿਹੜਾ ਆਪਾਂ ਇਹਦੇ ਚ ਗਰਮ ਮਸਾਲਾ ਪਾਉਣਾ ਆ। ਤੇ ਹੁਣ ਆਪਾਂ ਕੀ ਕਰਨਾ, ਇਹਨੂੰ ਹੱਥ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਮਿਲਾ ਲੈਣਾ ਆ, ਤੇ ਪਾਣੀ ਪਾਉਣ ਦੀ ਲੋੜ ਨੀ, ਬਿਨਾਂ ਪਾਣੀ ਤੋਂ ਹੀ ਤੁਸੀਂ ਇਹਨੂੰ ਮਿਲਾਉਣਾ। ਤੇ ਜੇ ਤੁਹਾਨੂੰ ਲੱਗੇ ਕਿ ਪਾਣੀ ਪਾਉਣਾ ਚਾਹੀਦਾ ਆ, ਫਿਰ ਤੁਸੀਂ ਉਹੀ ਪਾਣੀ ਇਸਤੇਮਾਲ ਕਰਨਾ ਆ ਜਿਹੜਾ ਆਪਾਂ ਇਹਦੇ ਵਿੱਚੋਂ ਕੱਢਿਆ ਸੀ। ਮੈਂ ਬਿਲਕੁਲ ਵੀ ਇਹਦੇ ਚ ਪਾਣੀ ਨੀ ਪਾਇਆ, ਤੇ ਸਾਨੂੰ ਜ਼ਰੂਰਤ ਹੀ ਨੀ ਪਈ ਪਾਣੀ ਪਾਉਣ ਦੀ। ਹੁਣ ਆਪਾਂ ਪਹਿਲਾਂ ਇੱਕ ਵਾਰੀ ਇੱਦਾਂ ਇੱਕ ਛੋਟੀ ਜਿਹੀ ਬੋਲ ਜਿਹੜੀ ਆ ਬਣਾ ਕੇ ਦੇਖ ਲੈਣੀ ਆ ਕਿ ਪਰਫੈਕਟ ਬਣਦੀ ਆ। ਆ ਦੇਖੋ ਬਸ ਠੀਕ ਆ। ਹੁਣ ਆਪਾਂ ਜਿਹੜੀ ਇਹਦੀਆਂ ਬੋਲਸ ਬਣਾਉਣੀਆਂ ਸ਼ੁਰੂ ਕਰ ਲੈਂਦੇ ਹਾਂ। ਬੋਲ ਜਿਹੜੀਆਂ ਤੁਸੀਂ ਇਹਦੀਆਂ ਬਣਾਉਣੀਆਂ ਹੈ ਮਨਚੂਰੀਅਨ ਦੀਆਂ, ਬਹੁਤ ਜ਼ਿਆਦਾ ਵੱਡੀ ਨਹੀਂ ਬਣਾਉਣੀ, ਛੋਟੀ ਬੋਲ ਬਣਾਉਣੀ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਇਹ ਅੰਦਰ ਤੱਕ ਪੂਰੀ ਤਰ੍ਹਾਂ ਸਿੱਕ ਜਾਂਦੀ ਆ, ਤੇ ਫਿਰ ਅੰਦਰੋਂ ਇਹ ਕੱਚੀਆਂ ਨਹੀਂ ਜਾਂਦੀਆਂ। ਜੇ ਆਪਾਂ ਥੋੜ੍ਹੀ ਜਿਹੀ ਵੱਡੀ ਬਣਾਵਾਂਗੇ ਫਿਰ ਬਾਅਦ ਵਿੱਚ ਅੰਦਰੋਂ ਇਹ ਚੰਗੇ ਤਰੀਕੇ ਦੇ ਨਾਲ ਸਿੱਕਦੀ ਨਹੀਂ ਆ। ਸਾਰੀਆਂ ਜਿਹੜੀਆਂ ਬੋਲ ਆ ਆਪਾਂ ਇਹਦੀ ਪਹਿਲਾਂ ਹੀ ਬਣਾ ਕੇ ਤਿਆਰ ਕਰ ਲੈਣੀਆਂ ਆ। ਕੜਾਹੀ ਜਿਹੜੀ ਰੱਖ ਦਿੱਤੀ ਆ, ਬੋਲ ਸਾਡੀਆਂ ਬਣ ਕੇ ਤਿਆਰ ਨੇ, ਤੇਲ ਸਾਡਾ ਗਰਮ ਹੋ ਗਿਆ ਆ। ਹੁਣ ਆਪਾਂ ਜਿਹੜੀਆਂ ਬੋਲ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਤਲ ਲੈਣਾ ਆ। ਸਾਰੀਆਂ ਆਪਾਂ ਇੱਕੋ ਵਾਰੀ ਚ ਹੀ ਪਾ ਦੇਣੀਆਂ ਆ। ਵਿੱਚੋਂ ਆਪਾਂ ਇਹਨਾਂ ਨੂੰ ਏਦਾਂ ਹਿਲਾ ਦੇਣਾ ਹੁਣ, ਤਾਂ ਕਿ ਚਾਰੇ ਪਾਸੇ ਜਿਹੜਾ ਚੰਗੇ ਤਰੀਕੇ ਦੇ ਨਾਲ ਸਿੱਕ ਜਾਣ। ਬੋਲ ਜਿਹੜੀਆਂ ਆ ਸਾਡੀਆਂ ਸਿੱਕ ਕੇ ਤਿਆਰ ਨੇ, ਹੁਣ ਆਪਾਂ ਇਹਨਾਂ ਨੂੰ ਕੱਟ ਲੈਣਾ ਆ। ਇਸ ਤਰੀਕੇ ਨਾਲ ਪਹਿਲਾਂ ਇਹਨੂੰ ਥੋੜਾ ਜਿਹਾ ਤਰ੍ਹਾਂ ਚਾ ਨਿਕਲਣਾ, ਜਿੰਨਾ ਵੀ ਫਿਰ ਤੇਲ ਹੋਊਗਾ ਸਾਰਾ ਜਿਹੜਾ ਉਹ ਕੜਾਹੀ ਦੇ ਵਿੱਚ ਚਲ ਜੂਗਾ, ਤੇ ਇਹਨੂੰ ਹੁਣ ਆਪਾਂ ਪਲੇਟ ਚ ਕੱਢ ਲੈਂਦੇ ਹਾਂ। ਉਹੀ ਕੜਾਹੀ ਦੇ ਵਿੱਚੋਂ ਆਪਾਂ ਜਿਹੜਾ ਬਾਕੀ ਦਾ ਤੇਲ ਆ ਕੱਢ ਦਿੱਤਾ ਆ, ਸਿਰਫ ਅੱਧੀ ਕੁ ਕੜਛੀ ਜਿਹੜੀ ਆ ਮੈਂ ਤੇਲ ਦੇ ਵਿੱਚ ਰੱਖੀ ਆ। ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਆ ਲਸਣ, ਸਭ ਤੋਂ ਪਹਿਲਾਂ ਲਸਣ ਪਾ ਕੇ ਤੇ ਨਾਲ ਹੀ ਆਪਾਂ ਅਦਰਕ ਪਾ ਲੈਣਾ ਆ, ਤੇ ਇਹਨਾਂ ਦੋਨਾਂ ਨੂੰ ਆਪਾਂ ਭੁੰਨ ਲੈਣਾ ਆ। ਲਸਣ ਜਿਹੜਾ ਆ ਸਾਡਾ ਭੁੰਨਿਆ ਗਿਆ, ਹੁਣ ਆਪਾਂ ਇਹਦੇ ਵਿੱਚ ਇੱਕ ਜਿਹੜਾ ਬਰੀਕ ਕੱਟਿਆ ਹੋਇਆ ਜਿਹੜਾ ਆਪਾਂ ਪਿਆਜ਼ ਲਿਆ ਸੀ ਉਹ ਪਾ ਦੇਣਾ ਆ, ਤੇ ਜਿਹੜੀ ਅੱਧੀ ਗਾਜਰ ਸੀ ਉਹ ਗਾਜਰ ਵੀ ਮੈਂ ਕੱਟ ਲਈ। ਪਿਆਜ਼ ਤੇ ਗਾਜਰ ਆਪਾਂ ਦੋਨੇ ਇਕੱਠੇ ਹੀ ਭੁੰਨ ਲੈਣੇ ਆ। ਗਾਜਰ ਤੇ ਜਿਹੜਾ ਪਿਆਜ਼ ਆ ਸਾਡਾ ਉਹ ਭੁੰਨ ਕੇ ਤਿਆਰ ਆ। ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਉਣੀ ਆ, ਸ਼ਿਮਲਾ ਮਿਰਚ ਪਾ ਕੇ ਆਪਾਂ ਇਹਨੂੰ ਇੱਕ ਮਿੰਟ ਲਈ ਇਹਨੂੰ ਵੀ ਭੁੰਨ ਲਾਂਗੇ। ਸ਼ਿਮਲਾ ਮਿਰਚ ਵੀ ਸਾਡੀ ਤਿਆਰ ਆ। ਹੁਣ ਆਪਾਂ ਇਹਦੇ ਵਿੱਚ ਜਿਹੜੀ ਹਰੀ ਮਿਰਚ ਕੱਟੀ ਆ ਉਹ ਪਾ ਕੇ ਜਿਹੜੀ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆ ਹੁਣ ਉਹ ਪਾ ਦੇਣੇ ਆ। ਥੋੜਾ ਜਿਹਾ ਆਪਾਂ ਨਮਕ ਪਾਉਣਾ ਆ, ਇਸ ਚੀਜ਼ ਦਾ ਧਿਆਨ ਰੱਖਣਾ ਆ ਕਿਉਂਕਿ ਜਿਹੜੀਆਂ ਆਪਾਂ ਸੌਸ ਪਾਉਣੀਆਂ ਆ ਉਹਨਾਂ ਦੇ ਵਿੱਚ ਵੀ ਨਮਕ ਹੁੰਦਾ ਆ, ਇਸ ਕਰਕੇ ਜ਼ਿਆਦਾ ਜਿਹੜਾ ਆ ਬਿਲਕੁਲ ਨਹੀਂ ਪਾਉਣਾ। ਤੇ ਅੱਧਾ ਕੁ ਛੋਟਾ ਚਮਚਾ ਜਿਹੜਾ ਆ ਲਾਲ ਮਿਰਚ ਦਾ, ਤੇ ਇਹਨੂੰ ਮਿਲਾ ਲੈਣਾ ਆ ਆਪਾਂ। ਮਿਲਾਉਣ ਤੋਂ ਬਾਅਦ ਜਿਹੜੀ ਆਪਾਂ ਹਰੀ ਚਟਨੀ ਲਈ ਸੀਗੀ ਗ੍ਰੀਨ ਚਿੱਲੀ ਸੌਸ ਇਹ ਪਾ ਦੇਣੀ ਹੈ, ਸੋਇਆ ਸੌਸ ਇਹ ਵੀ ਪਾ ਦਾਂਗੇ, ਰੈਡ ਚਿੱਲੀ ਸੌਸ ਇਹ ਵੀ ਪਾ ਦਾਂਗੇ, ਸਿਰਕਾ ਲਿਆ ਸੀ ਆਪਾਂ ਇੱਕ ਚਮਚਾ ਇਹ ਵੀ ਪਾ ਦਿੰਦੇ ਹਾਂ, ਤੇ ਦੋ ਚਮਚੇ ਜਿਹੜੇ ਸੀ ਟਮਾਟੋ ਸੌਸ ਦੇ। ਮਿਲਾ ਦੇਣਾ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ। ਇਹ ਜਿਹੜਾ ਮਨਚੂਰੀਅਨ ਮੈਂ ਬਣਾਉਣ ਲੱਗੀ ਥੋੜ੍ਹਾ ਗ੍ਰੇਵੀ ਵਾਲਾ ਬਣਾਉਣਾ ਆ,
ਤੇ ਇਸ ਕਰਕੇ ਮੈਂ ਇਹਦੇ ਵਿੱਚ ਪਾਣੀ ਵੀ ਮਿਲਾਉਂਗੀ ਥੋੜਾ ਜਿਹਾ ਜ਼ਿਆਦਾ। ਜੇ ਤੁਸੀਂ ਮਤਲਬ ਡਰਾਈ ਬਣਾਉਣਾ ਚਾਹੁੰਦੇ ਹੋ ਸਖਤ ਮਨਚੂਰੀਅਨ ਬਣਾਉਣਾ ਆ ਫਿਰ ਤੁਹਾਨੂੰ ਜ਼ਿਆਦਾ ਪਾਣੀ ਮਿਲਾਉਣ ਦੀ ਜ਼ਰੂਰਤ ਨਹੀਂ ਹੈਗੀ। ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆ ਇੱਕ ਵੱਡਾ ਚਮਚਾ ਕੋਰਨਫਲੋਰ ਦਾ ਲਿਆ ਆ ਆਪਾਂ, ਉਹ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਪਹਿਲਾਂ ਉਹ ਮਿਲਾ ਲਵਾਂਗੇ। ਇੱਕ ਚਮਚਾ ਆਪਾਂ ਕੋਰਨਫਲੋਰ ਦਾ ਲਿਆ ਆ, ਆਪਾਂ ਇਹਦੇ ਵਿੱਚ ਥੋੜਾ ਜਿਹਾ ਪਹਿਲਾਂ ਪਾਣੀ ਪਾ ਕੇ ਇਹਨੂੰ ਇਹਦਾ ਚੰਗੀ ਤਰ੍ਹਾਂ ਮਿਲਾ ਲੈਣਾ ਆ। ਕਹੇ ਕਿ ਕੋਰਨਫਲੋਰ ਨੂੰ ਤੁਸੀਂ ਸਿੱਧਾ ਹੀ ਇੱਦਾਂ ਕੜਾਹੀ 'ਚ ਨਹੀਂ ਪਾਉਣਾ, ਨਹੀਂ ਤਾਂ ਫਿਰ ਜਿਹੜੀਆਂ ਗੁਠਲੀਆਂ ਬਣ ਜਾਂਦੀਆਂ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਮਿਲਾ ਲੈਂਦੇ ਹਾਂ। ਇਹਦੇ ਵਿੱਚ ਆਪਾਂ ਪਹਿਲਾਂ ਅੱਧਾ ਜਿਹੜਾ ਗਲਾਸ ਆ ਉਹ ਪਾਣੀ ਦਾ ਪਾਉਣਾ ਆ ਅਤੇ ਇਹਨੂੰ ਆਪਾਂ ਮਿਲਾ ਲੈਣਾ ਆ ਚੰਗੀ ਤਰ੍ਹਾਂ ਮਿਲਾ ਕੇ। ਹੁਣ ਜਿਹੜਾ ਆਪਾਂ ਕੋਰਨਫਲੋਰ ਜਿਹੜਾ ਆਪਾਂ ਘੋਲ ਕੇ ਰੱਖਿਆ ਆ ਉਹ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਇਹਦੇ ਵਿੱਚ ਪਾਉਣਾ ਸ਼ੁਰੂ ਕਰ ਦੇਣਾ ਆ। ਅਤੇ ਹੁਣ ਆਪਾਂ ਜਿਹੜੀ ਸੌਸ ਆ ਇਹਨੂੰ ਗਾੜੀ ਹੋਣ ਤੱਕ ਪਹਿਲਾਂ ਆਪਾਂ ਪਕਾ ਲੈਣਾ ਹੈ। ਸੌਸ ਜਿਹੜੀ ਹੈ ਸਾਡੀ ਗਾੜੀ ਹੋਣ ਲੱਗ ਗਈ ਆ, ਹੁਣ ਆਪਾਂ ਇਸੇ ਟਾਈਮ ਇਹਦੇ ਵਿੱਚ ਜਿਹੜੇ ਆਪਾਂ ਮਨਚੂਰੀਅਨ ਆ ਸਾਡੇ ਬਣੇ ਹੋਏ ਉਹ ਪਾ ਦੇਣੇ ਆ ਤਾਂ ਕਿ ਫਿਰ ਜਿਹੜੇ ਸੌਸ ਆ ਮਨਚੂਰੀਅਨ ਦੇ ਵਿੱਚ ਵੀ ਚੰਗੇ ਤਰੀਕੇ ਦੇ ਨਾਲ ਜਿਹੜੀ ਰਚ ਜਾਊਗੀ। ਅਤੇ ਹੁਣ ਆਪਾਂ ਇਹਨੂੰ 3-4 ਮਿੰਟ ਵਾਸਤੇ ਪੱਕਣ ਦੇਵਾਂਗੇ ਤਾਂ ਕਿ ਸੌਸ ਵੀ ਜਿਹੜੀ ਆ ਸਾਡੀ ਚੰਗੀ ਤਰ੍ਹਾਂ ਪੱਕ ਜਾਵੇ ਅਤੇ ਜਿਹੜਾ ਮਨਚੂਰੀਅਨ ਦੇ ਵਿੱਚ ਵੀ ਸੌਸ ਦਾ ਜਿਹੜਾ ਸਵਾਦ ਆ ਉਹ ਚੰਗੀ ਤਰ੍ਹਾਂ ਆ ਜਾਵੇ। ਮਨਚੂਰੀਅਨ ਜਿਹੜਾ ਸਾਡਾ ਬਣ ਕੇ ਤਿਆਰ ਆ, ਆਪਾਂ ਇਹਨੂੰ 6-7 ਮਿੰਟ ਤੱਕ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਪਕਾ ਲਿਆ ਆ। ਅਤੇ ਹੁਣ ਆਪਾਂ ਜਿਹੜਾ ਇਹਦਾ ਧਨੀਆ ਆਪਾਂ ਰੱਖਿਆ ਸੀ ਉਹ ਵੀ ਪਾ ਲੈਣਾ ਹੈ। ਅਤੇ ਜੇ ਧਨੀਏ ਦੀ ਜਗ੍ਹਾ ਤੁਹਾਨੂੰ ਨਾਲ ਜਿੱਦਾਂ ਹਰਾ ਪਿਆਜ਼ ਜਿਹੜਾ ਹੁੰਦਾ ਆ ਉਹਦੀਆਂ ਜਿਹੜੀਆਂ ਭੂਕਾਂ ਹੁੰਦੀਆਂ ਹੈ ਉਹ ਵੀ ਉਹ ਇਹਦੇ ਵਿੱਚ ਬਹੁਤ ਵਧੀਆ ਲੱਗਦੀਆਂ ਹੈ। ਅਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਲੈਣਾ ਹੈ। ਪਲੇਟ 'ਚ ਕੱਢ ਲਵਾਂਗੇ ਆਪਾਂ ਮਨਚੂਰੀਅਨ ਨੂੰ। ਵੈਜ ਮਨਚੂਰੀਅਨ ਜਿਹੜਾ ਸਾਡਾ ਬਣ ਕੇ ਤਿਆਰ ਆ, ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾਉਣਾ ਆ। ਬਾਕੀ ਜਦੋਂ ਮਨਚੂਰੀਅਨ ਬਣਾਉਣ ਲੱਗਣਾ ਆ ਤੁਸੀਂ ਉਹਦੀਆਂ ਬਾਲ ਜਿਹੜੀਆਂ ਬਣਾਉਣੀਆਂ ਮਨਚੂਰੀਅਨ ਲਈ ਉਹਦੇ ਵਾਸਤੇ ਧਿਆਨ ਰੱਖਣਾ ਆ, ਥੋੜ੍ਹਾ ਜਿਹਾ ਤੁਸੀਂ ਜਿਹੜਾ ਆ ਨਮਕ ਪਾ ਕੇ ਉਹਦੇ ਵਿੱਚ ਉਹਨੂੰ 15 ਮਿੰਟ ਰੱਖ ਕੇ ਪਾਣੀ ਨਿਚੋੜ ਦੇਣਾ ਆ। ਫਿਰ ਜਿਹੜੀਆਂ ਤੁਹਾਡੀਆਂ ਬਾਲਸ ਨੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਬਣੂਗੀਆਂ। ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਖਿਲ ਰਹੀਆਂ ਨਹੀਂ ਸੀ ਹੈਗੀਆਂ, ਜਿੱਦਾਂ ਜ਼ਿਆਦਾ ਫਿਰ ਉਹਦੇ ਵਿੱਚ ਆਪਾਂ ਨੂੰ ਮੈਦਾ ਅਤੇ ਕੋਰਨਫਲਾਵਰ ਜਿਹੜਾ ਪਾਉਣ ਦੀ ਜ਼ਿਆਦਾ ਲੋੜ ਨਹੀਂ ਹੁੰਦੀ। ਇਸੇ ਤਰੀਕੇ ਨਾਲ ਤੁਸੀਂ ਇਹਨੂੰ ਬਣਾਇਓ ਅਤੇ ਖਾਇਓ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਫੈਮਿਲੀ ਔਰ ਫਰੈਂਡਸ ਦੇ ਨਾਲ ਹਰ ਇੱਕ ਵੀਡੀਓ ਨੂੰ ਸ਼ੇਅਰ ਕਰਿਆ ਕਰੋ। ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਜ਼ਰੂਰ ਦਬਾਓ। ਉਹਦੇ ਨਾਲ ਕੀ ਹੋਊਗਾ ਕਿ ਅਸੀਂ ਜਿਹੜੀ ਵੀ ਕੋਈ ਨਵੀਂ ਵੀਡੀਓ ਪਾਵਾਂਗੇ ਉਹ ਤੁਹਾਡੇ ਤੱਕ ਆਰਾਮ ਨਾਲ ਪਹੁੰਚੂਗੀ। ਚੈਨਲ ਦੇ ਨਾਲ ਜੁੜੋ, ਚੈਨਲ ਨੂੰ ਸਪੋਰਟ ਕਰੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।